हेलो स्टूडेंट्स, सारे बच्चे मेरे बोलो प्यार से सत श्री अकाल जी। सारा मेरी क्लास में बहुत बहुत स्वागत है। आज जैसे 7th क्लास की एक्सरसाइज 2.2 का क्वेश्चन नंबर 5 6 एंड 7 करेंगे। तो सबसे पहले से क्वेश्चन नंबर 5 करेंगे। क्वेश्चन नंबर 5 से रकम ऐसा दी, राहुल अर्न्स रुपीज 44,000 पर मंथ, ही स्पेंड्स 3/4 ऑफ हिज इनकम एवरी मंथ एंड सेव्स द रेस्ट ऑफ द अर्निंग्स, फाइंड हिज मंथली सेविंग्स। राहुल हर महीने 40,000 रुपए कमाता है, वो अपनी आमदन का 3/4 हिस्सा खर्च करता है ते बाकी बचत करना है। उसकी हर महीने की होने वाली बचत पता करो। ठीक है, हुण सब तो पहले इतने अस की करेंगे, राहुल की एक महीने की आमदन पहले लिख लेंगे। ਠੀਕ ਹੈ, ਉਹਦੀ ਇੱਕ ਮਹੀਨੇ ਦੀ ਆਮਦਨ ਇੰਗਲਿਸ਼ ਵਿੱਚ ਲਿਖਾਂਗੇ, ਨਾਲ ਨਾਲ ਇੰਗਲਿਸ਼ ਵਿੱਚ ਲਿਖ ਲਾਂਗੇ ਰਾਹੁਲ ਦੀ ਇਨਕਮ ਫੋਰ ਮੰਥ। ਠੀਕ ਹੈ, ਇੱਕ ਮਹੀਨੇ ਦੀ ਆਮਦਨ ਉਹਦੀ ਅਸੀਂ ਲਿਖਾਂਗੇ ਰੁਪੀਸ 44,000। ਠੀਕ ਹੈ, ਹੁਣ ਉਹ ਖਰਚ ਕਿੰਨਾ ਕਰਦਾ ਹੈ? ਦੇਖੋ 3/4 ਹਿੱਸਾ ਖਰਚ ਕਰਦਾ ਉਹਦੀ ਇਨਕਮ ਦਾ। ਠੀਕ ਹੈ, ਆਫ ਇਨਕਮ ਦਾ ਇਨ ਹੀ ਸਪੈਂਡਸ 3/4 ਆਫ ਹਿਸ ਇਨਕਮ। ਠੀਕ ਹੈ, 3/4 ਆਫ ਹਿਸ ਇਨਕਮ ਕਿੰਨੀ ਹੈ? 44,000। ਇਹ ਸਾਡਾ ਸਮ ਬਣਨਾ ਹੈ। ਠੀਕ ਹੈ, ਹੁਣ ਚਲੀਏ ਸਪੈਂਡ ਕਿੰਨਾ ਕਰਦਾ ਰਾਹੁਲ ਦਾ ਮਹੀਨੇ ਦਾ ਖਰਚ। ਰਾਹੁਲ ਸਪੈਂਡਸ ਪਰ ਮੰਥ, ਠੀਕ ਹੈ, ਪੰਜਾਬੀ ਰਾਹੁਲ ਦਾ ਇੱਕ ਮਹੀਨੇ ਦਾ ਖਰਚ ਤੇ ਰਾਹੁਲ ਸਪੈਂਡਸ ਪਰ ਮੰਥ, ਪਰ ਮੰਥ ਕਿੰਨੇ ਖਰਚਦਾ ਉਹ? ਹੁਣ ਦੇਖੋ ਇੱਥੇ ਵੱਖਰਾ ਵੱਖਰਾ ਹੋ ਜਾਏਗਾ। ਪੰਜਾਬੀ ਵਾਲਿਆਂ ਨੇ ਕੀ ਲਿਖਣਾ? ਰਾਹੁਲ ਦਾ ਮਹੀਨੇ ਦਾ ਖਰਚ ਕਿੰਨਾ? ਉਹਦੀ ਜਿਹੜੀ ਇਨਕਮ ਹੈ 44,000, ਉਹਦਾ 3/4 ਹਿੱਸਾ। ਠੀਕ ਹੈ, ਤੇ ਇੰਗਲਿਸ਼ ਵਾਲਿਆਂ ਨੇ ਕਿੱਦਾਂ ਲਿਖਣਾ ਆ? 3/4 ਆਫ 44,000। ਠੀਕ ਹੈ, ਕੰਮ ਇੱਕੋ ਹੀ ਕਰਨਾ ਸੀ, ਕੰਮ ਅਸੀਂ ਮਲਟੀਪਲੀਕੇਸ਼ਨ ਦੇ ਕਰਨਾ ਹੈ। ਚਾਹੇ ਅਸੀਂ 44,000 ਨੂੰ ਅੱਗੇ ਰੱਖ ਲਈਏ, ਚਾਹੇ ਅਸੀਂ 44,000 ਨੂੰ ਪਿੱਛੇ ਰੱਖ ਲਈਏ, ਪਰ ਕਰਨੀ ਅਸੀਂ ਮਲਟੀਪਲੀਕੇਸ਼ਨ ਹੀ ਹੈ। ਠੀਕ ਹੈ, ਹੁਣ ਇਕੁਅਲ ਟੂ ਪਾ ਕੇ ਇੱਥੇ ਦੋਨਾਂ ਨੇ ਲਿਖ ਲੈਣਾ ਇਸ ਤਰ੍ਹਾਂ, ਪਰ ਸੋਲਵ ਕਰਨ ਨੂੰ ਤੁਸੀਂ ਇੱਕੋ ਤਰੀਕੇ ਨਾਲ ਕਰ ਲੈਣਾ ਕਿ 44,000 ਮਲਟੀਪਲਾਈ ਬਾਈ 3/4। ਠੀਕ ਹੈ, ਹੁਣ 44,000 ਜਿਹੜੇ ਆ 4 ਨਾਲ ਘੱਟ ਜਾਂਦੇ ਪੂਰੇ ਪੂਰੇ। ਦੇਖੋ 4 1 4 4 1 4 ਫਿਰ 4 1 4 ਫਿਰ 3 0 ਐਜ਼ ਇਟ ਇਜ਼, ਇਹ ਘੱਟ ਗਏ। ਆਨਸਰ ਸਾਡੇ ਕੋਲ ਕੀ ਆ ਗਿਆ? ਇਹਨੂੰ 11,000 ਨੂੰ 3 ਨਾਲ ਮਲਟੀਪਲਾਈ ਕਰ ਲਾਂਗੇ, ਇਹ ਸਾਡੇ ਕੋਲ ਆ ਜਾਣਾ 33,000। ਇੰਨੇ ਰੁਪਏ ਉਹ ਪਰ ਮੰਥ ਖਰਚ ਲੈਂਦਾ। ਠੀਕ ਹੈ, ਰੁਪੀਸ 33,000 ਉਹਨੇ ਖਰਚ ਲਏ ਇੱਕ ਮਹੀਨੇ 'ਚ। ਹੁਣ ਉਹਦੀ ਬੱਚਤ ਦੇਖੀ ਅਸੀਂ। ਠੀਕ ਹੈ, ਸੇਵਿੰਗਸ ਜਾਂ ਪੰਜਾਬੀ 'ਚ ਲਿਖਾਂਗੇ ਬੱਚਤ। ਇਨਕਮ ਉਹਦੀ 44,000 ਹੈ, ਖਰਚ ਦਿੰਦਾ ਉਹਦੇ ਵਿੱਚੋਂ 33,000, ਬਚ ਕਿੰਨੇ ਜਾਣਗੇ? 11,000 ਰੁਪਏ, ਰੁਪੀਸ 11,000। ਠੀਕ ਹੈ, ਇਹੀ ਅਸੀਂ ਪਤਾ ਕਰਨਾ ਸੀਗਾ ਕਿ ਉਹ ਕਿੰਨੀ ਬਚਤ ਕਰਦਾ ਹਰ ਮਹੀਨੇ। ਹਰ ਮਹੀਨੇ ਉਹ 11,000 ਰੁਪਏ ਬਚਾ ਲੈਂਦਾ। ਠੀਕ ਹੈ, ਨੈਕਸਟ ਸਾਡੇ ਕੋਲ ਹੈਗਾ ਕੁਸ਼ਚਨ ਨੰਬਰ 6। ਕੁਸ਼ਚਨ ਨੰਬਰ 6 ਹੈਗਾ ਸਾਡਾ, ਦਾ ਕੋਸਟ ਆਫ ਬੁੱਕ ਇਜ਼ ਰੁਪੀਸ
ਲਿਖਾਂਗੇ ਇੱਕ ਕਿਤਾਬ ਦੀ ਕੀਮਤ ਜਾਂ ਕੋਸਟ ਆਫ ਅ ਬੁੱਕ। ਠੀਕ ਹੈ, ਕਿੰਨੀ ਹੈ ਸਾਡੇ ਕੋਲ ਦਿੱਤੀ 170 ਇਹਨੂੰ ਅਸੀਂ ਸੋਲਵ ਕਰਕੇ ਕੀ ਲਿਖਾਂਗੇ ਰੁਪੀਸ ਇਹਨੂੰ ਮਲਟੀਪਲਾਈ ਕਰੋ ਦੇਖੋ ਕਿੰਨਾ ਆਉਂਦਾ 234 ਰੁਪਏ ਆਉਣੇ। ਠੀਕ ਹੈ 234 ਇੱਕ ਪਲੱਸ ਕਰਾਂਗੇ ਵਿੱਚ ਕਿੰਨੇ ਹੋ ਗਏ 235 ਇਹ ਸਾਡਾ ਸੋਲਵ ਕਰਕੇ ਕੀ ਬਣਨਾ 235/2 ਇਹ ਰੁਪੀਸ ਦੀ ਇੱਕ ਬੁੱਕ ਆਈ। ਠੀਕ ਹੈ, 8 ਕਿਤਾਬਾਂ ਦੀ ਕੀਮਤ ਕੋਸਟ ਆਫ 8 ਬੁੱਕਸ ਇਹਨੂੰ ਅਸੀਂ 8 ਨਾਲ ਮਲਟੀਪਲਾਈ ਕਰ ਦਾਂਗੇ 235/2 ਮਲਟੀਪਲਾਈ/8 8 ਦੇ ਪੌਂਡ 1 ਲਗਾ ਲਓ ਜੇ ਤੁਹਾਨੂੰ ਪਹਿਲੇ ਲਿਖਾ ਲੱਗਦਾ ਕਿਉਂਕਿ 8 ਜਿਹੜਾ ਨਿਊਮਰੇਟਰ ਸੋਣਾ ਹੁਣ 2 × 2 = 8 ਕਿੰਨਾ ਬਣ ਗਿਆ ਸਾਡੇ ਕੋਲ 235/4 4 ਨਾਲ ਮਲਟੀਪਲਾਈ ਕਰੋ ਦੇਖੋ ਕਿੰਨਾ ਆਨਸਰ ਆਉਂਦਾ 4 × 5 = 20 2 ਆਨਸਰ 4 × 3 = 12 3 × 3 = 14 ਇੱਕ ਆਨਸਰ 4 × 8 = 9 940 ਰੁਪਏ ਦੀਆਂ 8 ਬੁੱਕਸ ਜਿਹੜੀਆਂ ਹੋਗੀਆਂ 8 ਬੁੱਕਸ ਆਈਆਂ 940 ਰੁਪਏ ਦੀਆਂ। ਹੁਣ ਸਾਡਾ 6th ਕੁਐਸਚਨ ਹੋ ਗਿਆ। ਦੇਖੋ ਹੁਣ ਸਾਡੇ ਕੋਲ ਆਇਆ ਕੁਐਸਚਨ ਨੰਬਰ 7 ਕੁਐਸਚਨ ਨੰਬਰ 7 ਹੈ ਮਲਟੀਪਲ ਚੁਆਇਸ ਕੁਐਸਚਨਸ ਬਹੁ ਵਿਕਲਪੀ ਉੱਤਰ ਵਾਲੇ ਪ੍ਰਸ਼ਨ। ਪਹਿਲਾ ਇਹਦੇ ਵਿੱਚ ਹੈਗਾ 1/2 × 8 = 1/2 × 8 ਬਰਾਬਰ ਹੈ ਕਿਹਦੇ ਬਰਾਬਰ ਹੋਏਗਾ ਦੇਖੋ ਇਹ ਹੋ ਜਾਏਗਾ ਸਾਡਾ 2 × 1 = 2 2 × 8 ਕੱਟ ਗਿਆ 4 ਦੇ ਬਰਾਬਰ ਆਏਗਾ ਇਹ ਦੇਖੋ ਇਹ ਸੀ ਵਾਲਾ ਆਨਸਰ ਆਇਆ। ਦੂਸਰਾ ਹੈਗਾ 3/2 of 16 16 × 3/2 ਕੀ ਹੋਏਗਾ 16 × 3/2 ਇਹਨੂੰ ਅਸੀਂ ਮਲਟੀਪਲਾਈ ਕਰਨਾ 2 × 2 = 2 × 8 = 16 ਤੇ 8 × 3 = 8 + 3 = 24 ਇਹ ਸਾਡਾ ਡੀ ਆਨਸਰ ਹੈ। ਠੀਕ ਹੈ, ਥਰਡ ਹੈਗਾ ਵਾਟ ਫ੍ਰੈਕਸ਼ਨ ਆਫ ਐਨ ਆਰ ਇਜ਼ 40 ਮਿੰਟਸ 40 ਮਿੰਟ ਦੀ ਇੱਕ ਘੰਟੇ ਵਿੱਚ ਭਿੰਨ ਬਰਾਬਰ ਕਰੋ ਇੱਕ ਘੰਟੇ ਚ ਹੁਣ ਕਿੰਨੇ ਮਿੰਟ ਹੁੰਦੇ ਆ ਵੀ ਇੱਕ ਘੰਟਾ 60 ਮਿੰਟ। ਠੀਕ ਹੈ, ਇੱਕ ਘੰਟੇ ਨਾਲ ਉਹਦੀ ਭਿੰਨ ਬਣਾਉਣੀ ਆ ਇਹਦਾ ਮਤਲਬ 60 ਮਿੰਟਾਂ ਦੇ ਵਿੱਚੋਂ 40 ਮਿੰਟ 40/60 ਇਹ 0 ਨਾਲ 0 ਕੱਟ ਗਈ 2 × 4 ਤੇ 2 × 3 = 6 2/3 ਆਨਸਰ ਆਏਗਾ ਸਾਡਾ ਫਸਟ ਵਾਲਾ। ਠੀਕ ਹੈ, ਫੋਰਥ ਹੈ ਸਾਡੇ ਕੋਲ ਵਾਟ ਫ੍ਰੈਕਸ਼ਨ ਡਸ ਦਾ ਸ਼ੇਡਿਡ ਪਾਰਟ ਆਫ ਫਿਗਰ 2.4 ਰਿਪਰੈਜ਼ੈਂਟਸ ਇਹ 2.4 ਫਿਗਰ ਹੈ ਇਹਦੇ ਵਿੱਚ ਜਿਹੜਾ ਸ਼ੇਡਿਡ ਪਾਰਟ ਹੈ ਇਹ ਸ਼ੇਡਿਡ ਪਾਰਟ ਹੈ ਇਹ ਕਿਸ ਫਿਗਰ ਨੂੰ ਰਿਪਰੈਜ਼ੈਂਟ ਕਰਦਾ ਹੈ ਜਿੱਥੇ 2.4 ਵਿੱਚ ਛਾਇਆ ਅੰਕ ਦੇ ਭਾਗ ਕਿਸ ਫਿਗਰ ਨੂੰ ਦਰਸਾਉਂਦਾ ਹੈ। ਹੁਣ ਚਾਰ ਪੋਰਸ਼ਨ ਹੈ ਚਾਰਾਂ ਦੇ ਵਿੱਚੋਂ ਤਿੰਨਾਂ ਨੂੰ ਅਸੀਂ ਕਲਰ ਕੀਤਾ ਹੋਇਆ ਤਿੰਨਾਂ ਨੂੰ ਸ਼ੇਡ ਕੀਤਾ ਹੋਇਆ ਤੇ 4 × 3 ਦਾ ਮਤਲਬ 3/4 3/4 ਇਹ ਆਨਸਰ ਹੈ। ਸੋ ਸਾਡੀ ਐਕਸਰਸਾਈਜ਼ 2.2 ਕੰਪਲੀਟ ਹੋ ਗਈ ਹੈ। ਨੈਕਸਟ ਐਕਸਰਸਾਈਜ਼ ਅਸੀਂ ਅਗਲੀ ਵੀਡੀਓ 'ਚ ਮਿਲਾਂਗੇ। ਟਿਲ ਦੈਨ ਬਾਏ ਬਾਏ।